ठीक है, पहले तो मैं ये पूछूंगा कि बीजेपी दे विच जाना और कांग्रेस दे विच वापस आना इन्ने थोड़े समय दे विच। जे भाजपा दे जिहड़ा पिछले दिन कलाई कानूनां नूं वापस कीता उन्हां ने, उहदे प्रति अजे किसान जिहड़े साडा, क्योंकि हलका बिल्कुल प्योर अत्याधी है ते किसान दी वड्डी शमूलियत है उहदे विच, पर अजे जदों कल असीं हलके दे विच लोकां नाल गल कीती ते उह यही कह रहे थे कि जेकर या तो घर वापसी करो नहीं तो असं अपना रुख अपना अपनावे। इसमें यह लगता है कि इन्नी मेहनत करके मैं इस हल्के मेहनत की है, पर वह फायदा कोई होर ना जी, इस करके मैं अपने वर्कर जी गल। हरगोबिंदपुर तो विधायक बलविंदर सिंह लाडी बीते कल जिहड़ा ने वो कांग्रेस के घर वापसी कर गए हैं, जिते कि एक हफ्ता पहला ही वो बीजेपी के ज्वाइन किए। मेरे नाल ने बलविंदर सिंह लाडी, आप गल करते हैं लाडी भाजी, कैसे ये फैसला एक, पहले तो मैं ये पूछूंगा कि बीजेपी दे विच जाना और कांग्रेस दे विच वापस आना एक इन्ने थोड़े समय दे विच कैसे? देखो, साडा मेन जिहड़ा कांग्रेस दे नाल जिहड़ा खून दा रिश्ता बन गया, सो असी जम्मे ही कांग्रेसी ते अज भी कांग्रेसी हैं, बट हल्के दे विकास वास्ते मैं ये मन बनाया सी भी आपां जदों केंद्र दे विच भाजपा सरकार है तो कोई वड्डा प्रोजेक्ट नहीं। थोड़े दिनों तो ऐसा लग रहा सी भी जिस तरह आपां नूं अजे भाजपा के जरा पिछले दिन कलाई कानूनों वापस किया उन्होंने, वो प्रति अजे किसान जोड़े साडा, क्योंकि हलका बिल्कुल प्योर अत्याधी है तो किसान की वड्डी शमूलीयत है वो, पर अजे जदों कल असी हल्के लोगों गल की थी, वो यही कह रहे थे कि जेकर या तो घर वापसी करो नहीं तो असं अपना रुख अपना अपनावे। सो मैं हल्के जोड़े वर्कर से उन्होंने भावना उन्होंने बड़ा मेरे नाल मतलब रो रो के कई ने मेरे नाल गिला किया, पर मेरे मन में जो ठेस लगी है मैं उन्हां दी भावनां नूं समझ के एक फैसला लिया। ये फैसले नूं किवें देखा जाए कि ये कह सकते हैं कि तुसीं लोकां दे समर्थन दे विच फैसला वापस लिया, लेकिन कि किवें मन सी? नहीं, मेरे जिहड़े वर्कर सी सारे तकरीबन मेरे नाल टैलीफोन दे राबता सी, उन्हां दा मैनूं जदों मैं भाजपा ज्वाइन की बहुत सारे मेरे साथियों ने मैनूं आ मेरे सरपंच खड़े ने जिन्हां ने कहा कि जे अगर लाडी जी आउणगे तो असीं सारियां नूं समर्थन करांगे, नहीं तो ਆਪਾਂ ਆਪਣੀ ਮਰਜ਼ੀ ਕਰਾਂਗੇ। ਮੈਨੂੰ ਇਹ ਲੱਗਦਾ ਸੀ ਕਿ ਇੰਨੀ ਮਿਹਨਤ ਕਰਕੇ ਮੈਂ ਇਸ ਹਲਕੇ ਦੇ ਵਿੱਚ ਮਿਹਨਤ ਕੀਤੀ ਹੈ, ਪਰ ਉਹਦਾ ਫਾਇਦਾ ਕੋਈ ਹੋਰ ਨਾ ਜੀ, ਇਸ ਕਰਕੇ ਮੈਨੂੰ ਆਪਣੇ ਵਰਕਰਾਂ ਦਾ ਜਿਹੜੀ ਗੱਲ ਹੁਣ ਕਿਵੇਂ ਪਰਿਵਾਰ ਦੇ ਵਿੱਚ ਵੀ ਕਿਵੇਂ ਦਾ ਮਾਹੌਲ, ਕਿ ਉਹ ਪਰਿਵਾਰ ਦੀ ਵੀ ਕੋਈ ਸਹਿਮਤੀ ਹੋਊਗੀ ਜਾਂ ਕਿਵੇਂ? ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਸਾਰਾ ਕੁਝ ਹੋਇਆ। ਪਹਿਲਾਂ ਮੈਨੂੰ ਪਰਿਵਾਰ ਨੇ ਮਨ੍ਹਾ ਕੀਤਾ ਸੀ ਵੀ ਅਜੇ ਸਾਡਾ ਕੋਈ ਫਰਜ਼ ਨਹੀਂ, ਪਰ ਮੈਨੂੰ ਆਪਣੇ ਹਲਕੇ ਵਾਸਤੇ ਡਿਵੈਲਪਮੈਂਟ ਵਾਸਤੇ ਮੈਨੂੰ ਬਹੁਤ, ਮੈਂ ਹਮੇਸ਼ਾ ਹੀ ਕੱਲ੍ਹ ਵੀ ਸੀ ਐਮ ਸਾਹਿਬ ਨਾਲ ਗੱਲ ਕੀਤੀ ਹੈ ਅਤੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਔਰ ਉਹਨਾਂ ਨੇ ਮੈਨੂੰ ਕਿਹਾ ਜਿਹੜੇ ਤੁਹਾਡੇ ਕੰਮ ਅਧੂਰੇ ਨੇ ਮੈਂ। ਤੁਸੀਂ ਰਸਮੀ ਤੌਰ 'ਤੇ ਜੁਆਇਨ ਕੀਤਾ, ਕਿਵੇਂ ਵਾਪਸੀ ਕਿਵੇਂ ਬਣੀ, ਕਿਵੇਂ ਆਪ ਖੁਦ ਗਏ ਹੋ, ਕੱਲ੍ਹ ਮਿਲੇ ਹੋ ਸੀ ਐਮ ਸਾਹਿਬ ਨਾਲ ਕਿੱਦਾਂ? ਸੀ ਐਮ ਸਾਹਿਬ ਦਾ ਮੈਸੇਜ ਆਇਆ ਸੀ ਕਿਸੇ ਸਾਡੇ ਪਰਸਨ ਰਾਹੀਂ, ਫਿਰ ਉਹਨਾਂ ਨੇ ਟੀਮ ਰਾਤੀ ਟਾਈਮ ਮੈਨੂੰ ਦਿੱਤਾ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਪਾਰਟੀ 'ਚ ਕੰਮ ਕਰੋ, ਤੁਹਾਡੀ ਅਸੀਂ ਹਰ ਮੰਗ ਜਿਹੜੀ ਪੂਰੀ ਕਰੋ। ਹੁਣ ਅਗਲਾ ਕੀ ਪਲੈਨ ਆਫ ਆ? ਅਗਲੇ ਸਾਰੇ ਸਾਥੀਆਂ ਨਾਲ ਇਕੱਠਾ ਕਰਕੇ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਜੋ ਪਾਰਟੀ ਫੈਸਲਾ ਕਰੇਗੀ ਉਹਦੇ ਨਾਲ ਅਸੀਂ। ਜਿੱਦਣ ਤੁਸੀਂ ਜੁਆਇਨ ਕਰਦੇ ਹੋ ਫਤਿਹਜੰਗ ਸਿੰਘ ਬਾਜਵਾ ਤੁਹਾਡੇ ਨਾਲ ਸੀ, ਫਤਿਹਜੰਗ ਸਿੰਘ ਬਾਜਵਾ ਦਾ ਸਿਆਸਤ ਜਾਂ ਤੁਹਾਡੀ ਸਿਆਸਤ ਦੀ ਗੱਲ ਕਰੀਏ ਤਾਂ ਸ਼ੁਰੂਆਤ ਕਰਨ ਵਾਲੇ ਵੱਡੇ ਭਰਾ ਵਜੋਂ ਤੁਸੀਂ ਮੰਨਦੇ ਰਹੇ ਉਹਨਾਂ? ਵੇਖੋ, ਉਹਨਾਂ ਨੂੰ ਵੀ ਮੇਰੇ ਨਾਲ ਬੜੀ ਹਮਦਰਦੀ ਹੈ, ਵੱਡੇ ਭਰਾ ਦੇ ਨਾਤੇ ਉਹਨਾਂ ਨਾਲ ਮੇਰੀ ਸਵੇਰੇ ਗੱਲ ਵੀ ਹੋਈ ਹੈ ਵੀ ਕੋਈ ਫੈਸਲਾ, ਪਰ ਕਿਸੇ ਹਲਕੇ ਦੇ ਜਿਹੜੇ ਵੋਟਰ ਹੁੰਦੇ ਨੇ ਉਹਨੂੰ ਕੋਈ ਪਰਿਵਾਰ ਦੀ ਗੱਲ ਅਤੇ ਵੋਟਰਾਂ ਦੀ ਗੱਲ ਦਾ ਬੜਾ ਫਰਕ ਹੈ, ਕਿਉਂਕਿ ਜਿੱਥੇ ਵੋਟਰਾਂ ਨੇ ਸਾਨੂੰ ਅੱਜ ਚੁੱਕ ਕੇ ਇੱਥੇ ਪਹੁੰਚਾਇਆ, ਜੇ ਆਪਾਂ ਉਹਨਾਂ ਦੀ ਵੀ ਨਹੀਂ ਗੱਲ ਸੁਣਾਂਗੇ ਸਾਡੇ ਵਾਸਤੇ ਮੈਂ ਕਹਿੰਦਾ ਉਹ ਬਹੁਤ ਦੁਖਦਾਈ ਹੋਊ। ਬਿਲਕੁਲ, ਬਲਵਿੰਦਰ ਸਿੰਘ ਲਾਡੀ ਦਾ ਕਹਿਣਾ ਕਿ ਉਹਨਾਂ ਨੇ ਹਲਕੇ ਦੇ ਲੋਕਾਂ ਆਪਣੇ ਵੋਟਰਸ ਦੀ ਗੱਲ ਸੁਣੀ ਔਰ ਉਹੀ ਉਹਨਾਂ ਦੇ ਸਮਰਥਨ ਜਿਹੜੇ ਸਮਰਥਕ ਸੀ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਘਰ ਵਾਪਸੀ ਕਰੋ, ਔਰ ਉਸੇ ਦੇ ਚੱਲਦਿਆਂ ਉਹਨਾਂ ਨੇ ਫੈਸਲਾ ਲਿਆ ਕਿ ਇਹ ਕਾਂਗਰਸ ਦੇ ਵਿੱਚ ਕੱਲ੍ਹ ਬੀਤੇ ਕੱਲ੍ਹ ਹੀ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਉਹ ਘਰ ਵਾਪਸੀ ਕਰ ਚੁੱਕੇ ਨੇ, ਔਰ ਖੁੱਲ੍ਹੇ ਤੌਰ 'ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਮੁੱਖ ਜਿਹੜਾ ਏਜੰਡਾ ਉਹ ਹਲਕੇ ਦਾ ਵਿਕਾਸ ਹੈ ਔਰ ਉਹੀ ਰਹੇਗਾ। ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ, ਜਗਬਾਣੀ ਟੀਵੀ ਲਈ ਗੁਰਦਾਸਪੁਰ ਤੋਂ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।